ਕੇਲਿਆਂ ਦੀ ਕਾਰ ਵੇ ਆ ਲੁਟਕੇ ਖਾ ਗਈ ਸਾਨੂੰ ਸਰਕਾਰ ਵੇ ਆ ਲੁਟਕੇ ਖਾ ਗਈ ਸਾਡੇ ਜਿਹੜੇ ਸਰਕਾਰਾਂ ਨੇ ਉਹ ਕਹਿੰਦੇ ਅਸੀਂ ਇੰਨੇ ਰੁਪਏ ਖਰਚੇ ਆ ਬੁੱਢਾ ਨਾਲਾ ਸਾਫ਼ ਕਰਤੇ, ਇੰਨੇ ਰੁਪਏ ਖਰਚੇ ਆ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜੇ ਖਰਚੇ ਆ ਤਾਂ ਨਾਲਾ ਸਾਫ਼ ਕਿਉਂ ਨਹੀਂ ਹੋਇਆ। ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਟੀਟੂ ਬਾਣੀਆਂ ਨੇ ਕਿੰਨਰਾਂ ਦੇ ਨਾਲ ਨੱਚ ਕੇ ਜਿੱਥੇ ਸਰਕਾਰ ਨੂੰ ਘੇਰਿਆ, ਉੱਥੇ ਹੀ ਉਹਨਾਂ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਫੂਕ ਕੱਢ ਕੇ ਰੱਖ ਦਿੱਤੀ। ਦੱਸ ਦਈਏ ਕਿ ਲੋਕ ਸਭਾ ਦੀ ਚੋਣ ਲੜ ਰਹੇ ਟੀਟੂ ਬਾਣੀਏ ਨੇ ਮੰਗਲਵਾਰ ਨੂੰ ਬੁੱਢੇ ਨਾਲੇ ਦੀ ਸਫਾਈ ਨਾ ਕਰਵਾਏ ਜਾਣ ਕਰਕੇ ਸੂਬਾ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਿੰਨਰਾਂ ਦੇ ਨਾਲ ਨੱਚ ਕੇ ਸਰਕਾਰ 'ਤੇ ਤੰਜ ਕੱਸਿਆ ਹੈ। ਕਿੰਨਰਾਂ ਦੇ ਨਾਲ ਬੁੱਢੇ ਨਾਲੇ ਕੰਢੇ ਨੱਚਣ ਵਾਲੇ ਟੀਟੂ ਬਾਣੀਏ ਦਾ ਦੇਖੋ ਇਹ ਵਾਲਾ ਵੀਡੀਓ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਟੂ ਬਾਣੀਏ ਨੇ ਕਿਹਾ ਕਿ ਸਰਕਾਰ ਵੱਲੋਂ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਬੁੱਢੇ ਨਾਲੇ ਦੀ ਹਕੀਕਤ ਸਾਰਾ ਲੁਧਿਆਣਾ ਜਾਣਦਾ ਹੈ। ਮੈਂ ਜੀ ਤੁਹਾਡਾ ਆਪਣਾ ਟੀਟੂ ਬਾਣੀਆ, ਅੱਜ ਅਸੀਂ ਬੁੱਢੇ ਨਾਲੇ 'ਤੇ ਆਏ ਹਾਂ ਜੀ, ਕਿਉਂਕਿ ਬੁੱਢਾ ਨਾਲਾ ਲੰਬੇ ਸਮੇਂ ਤੋਂ ਕੈਂਸਰ ਬਿਮਾਰੀਆਂ ਬਣ ਰਿਹਾ ਵਾ। ਪ੍ਰਾਈਵੇਟ ਹਸਪਤਾਲ ਭਰੇ ਹੋਏ ਨੇ, ਸਾਡੇ ਸਰਕਾਰਾਂ ਸੁੱਤੀਆਂ ਪਈਆਂ ਨੇ, ਸਾਡੇ ਲੀਡਰ ਸੁੱਤੇ ਪਏ ਨੇ, ਸਾਡੇ ਲੀਡਰ ਏ ਸੀ ਗੱਡੀਆਂ 'ਚ ਕੰਪੇਨ ਨਹੀਂ ਕਰਦੇ ਆ, ਪਰ ਉਹਨਾਂ ਨੂੰ ਦੀਂਦਾ ਨਹੀਂ ਗਿਰਾ। ਸਾਡੇ ਜਿਹੜੇ ਸਰਕਾਰਾਂ ਨੇ ਉਹ ਕਹਿੰਦੇ ਅਸੀਂ ਇੰਨੇ ਰੁਪਏ ਖਰਚੇ ਆ ਬੁੱਢਾ ਨਾਲਾ ਸਾਫ਼ ਕਰਤੇ, ਇੰਨੇ ਰੁਪਏ ਖਰਚੇ ਆ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜੇ ਖਰਚੇ ਆ ਤਾਂ ਨਾਲਾ ਸਾਫ਼ ਕਿਉਂ ਨਹੀਂ ਹੋਇਆ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਨਾਲੇ ਨੂੰ ਸਾਫ਼ ਕਰਕੇ ਇਹਨੂੰ ਨਹਿਰ ਦਾ ਰੂਪ ਦਿੱਤਾ ਜਾਵੇ ਤਾਂ ਜੋ ਇੱਥੋਂ ਲੋਕ ਪਾਣੀ ਪੀ ਸਕਣ, ਵਿੱਚ ਉਹਦੇ ਨਹਾ ਸਕਣ। ਅੱਜ ਅਸੀਂ ਮਹੰਤਾਂ ਨੂੰ ਨਾਲ ਲਿਆ ਕੇ, ਜਿਹਨਾਂ ਨੂੰ ਅਸੀਂ ਖੁਸਰੇ ਕਹਿੰਦੇ ਹਾਂ, ਜਿਹੜੇ ਲੋਕਾਂ ਦੀਆਂ ਖੁਸ਼ੀਆਂ ਮੰਗਦੇ ਆ, ਉਹਨਾਂ ਨੂੰ ਲਿਆ ਕੇ ਢੋਲੀ ਵੀਰ ਨੂੰ ਲਿਆ ਕੇ ਇੱਥੇ ਅਸੀਂ ਨੱਚ ਟੱਪ ਕੇ ਅਸੀਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸ਼ਾਇਦ ਸਰਕਾਰਾਂ ਜਾਗ ਜਾਣ। ਜ਼ਿਕਰਯੋਗ ਹੈ ਕਿ ਟੀਟੂ ਬਾਣੀਆਂ ਆਪਣੇ ਅਜਿਹੇ ਅਨੋਖੇ ਢੰਗ ਤਰੀਕਿਆਂ ਦੇ ਪ੍ਰਚਾਰ ਅਤੇ ਪ੍ਰਦਰਸ਼ਨ ਕਰਕੇ ਨਾ ਸਿਰਫ ਖੂਬ ਚਰਚਾ ਦੇ ਵਿੱਚ ਹੈ, ਸਗੋਂ ਉਸਦੇ ਇਸ ਅੰਦਾਜ਼ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ। ਲੋਕ ਮਸਲਿਆਂ ਨੂੰ ਜਿਸ ਢੰਗ ਨਾਲ ਟੀਟੂ ਬਾਣੀਆਂ ਉਭਾਰ ਰਿਹਾ ਹੈ, ਉਸ ਤੋਂ ਬਾਅਦ ਟੀਟੂ ਬਾਣੀਏ ਦੇ ਸਿਆਸੀ ਵਿਰੋਧੀਆਂ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਜ਼ਰੂਰ ਬਣਦੇ ਦਿਖਾਈ ਦੇ ਰਹੇ ਹਨ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ, ਫਾਸਟ ਵੇ ਨਿਊਜ਼। ਕੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਕੀ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ? ਕੀ 6-5 ਬੈਂਡ 'ਤੇ ਤੁਹਾਡਾ ਦਾਖਲਾ ਨਹੀਂ ਹੋ ਰਿਹਾ? ਅਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨਾਲ ਰਾਬਤਾ ਕਰੋ 92563 92563 'ਤੇ ਕਾਲ ਕਰਕੇ ਆਸਟ੍ਰੇਲੀਆ ਸਟੂਡੈਂਟ ਬਾਰੇ